ਦੇਖੋ ਅੱਜ ਖਬਰਾਂ ਤੋਂ ਪਤਾ ਲੱਗਿਆ ਕਿ ਭਾਈ ਸਰਬਜੀਤ ਸਿੰਘ ਜੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਰਹੇ ਆ ਤੇ ਉਹਨਾਂ ਨੇ ਸਮਾਂ ਦਿੱਤਾ। ਪਿਛਲੇ ਸਮੇਂ ਦੇ ਦੌਰਾਨ ਭਾਵੇਂ ਪਾਰਟੀ ਦੇ ਪ੍ਰਧਾਨ ਹੋਣ ਜਾਂ SGPC ਦੇ ਪ੍ਰਧਾਨ ਸਾਹਿਬ ਹੋਣ, ਮੈਂ ਉਸ ਵਿਵਾਦ 'ਚ ਨਹੀਂ ਜਾਣਾ ਚਾਹੁੰਦਾ ਕਿ ਸਮਾਂ ਮੰਗੇ ਤੋਂ ਨਹੀਂ ਮਿਲਿਆ ਜਾਂ ਉਹਨਾਂ ਨੇ ਦਿੱਤਾ ਨਹੀਂ, ਪਰ ਇਹ ਚੰਗਾ ਵੈਲਕਮ ਵਾਲੀ ਖਬਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਸਮਾਂ ਦਿੱਤਾ। ਮੈਂ ਬੇਨਤੀ ਕਰੂੰਗਾ ਭਾਈ ਸਰਬਜੀਤ ਸਿੰਘ ਜੀ ਨੂੰ, ਭਾਵੇਂ ਕਿ ਬਹੁਤ ਸਿਆਣੇ ਨੇ ਜਿਨ੍ਹਾਂ ਨੇ ਸਮਾਂ ਮੰਗਿਆ, ਸਾਰੀਆਂ ਗੱਲਾਂ ਜੇਨ 'ਚ ਉਹਨਾਂ ਦੇ ਹੋਣਗੀਆਂ ਹੀ, ਪਰ ਫਿਰ ਵੀ ਮੈਂ ਕਹੂੰਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ NSA ਤੋੜਨ ਤੋਂ ਲਾ ਕੇ ਨਾਲ ਉਹਨਾਂ ਦੇ 28-30 ਜਿਹੜੇ ਹੋਰ ਵੱਖ ਵੱਖ ਜੇਲ੍ਹਾਂ 'ਚ ਸਾਥੀ ਬੈਠੇ ਉਹਨਾਂ ਦੀ ਵੀ ਗੱਲ ਕੀਤੀ ਜਾਵੇ, ਤੇ ਖਾਸ ਤੌਰ ਤੇ ਉਚੇਚਾ ਇੱਕ ਵਾਰ ਜ਼ਰੂਰ ਗੱਲ ਕੀਤੀ ਜਾਵੇ ਕਿ ਜਿਹੜਾ 550 ਸਾਲਾ ਗੁਰੂ ਨਾਨਕ ਦੇਵ ਜੀ ਤੇ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਬੰਦੀ ਸਿੰਘਾਂ ਨੂੰ ਛੱਡਣ ਦਾ, ਤਾਂ ਕਿਰਪਾ ਕਰਕੇ ਉਹਦੀ ਵੀ ਪੈਰਵਾਈ ਕਰਕੇ ਜ਼ੋਰ ਨਾਲ ਗੱਲ ਕਰਕੇ ਸਾਡੇ ਬੰਦੀ ਸਿੰਘ ਜਿਹੜੇ ਨੇ ਆਪਦੀਆਂ ਸਜ਼ਾ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬਾਹਰ ਕਢਾਉਣ ਦਾ ਵੀ ਉਪਰਾਲਾ ਜਿਹੜਾ ਉਹ ਕੀਤਾ ਜਾਵੇ। ਤੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਜਿਵੇਂ ਨੋਟੀਫਿਕੇਸ਼ਨ ਵੇਲੇ ਵੱਡਾ ਦਿਲ ਦਿਖਾਇਆ ਸੀ, ਤੇ ਕਿਰਪਾ ਕਰੋ ਸਾਰਿਆਂ ਨੂੰ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਘਰੋਂ ਘਰੀ ਭੇਜਣ ਦਾ ਉਪਰਾਲਾ ਕੀਤਾ ਜਾਵੇ। ਦੇਖੋ ਅੱਜ ਖਬਰਾਂ ਤੋਂ ਪਤਾ ਲੱਗਿਆ ਕਿ ਭਾਈ ਸਰਬਜੀਤ ਸਿੰਘ ਜੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਰਹੇ ਆ ਤੇ ਉਹਨਾਂ ਨੇ ਸਮਾਂ ਦਿੱਤਾ। ਪਿਛਲੇ ਸਮੇਂ ਦੇ ਦੌਰਾਨ ਭਾਵੇਂ ਪਾਰਟੀ ਦੇ ਪ੍ਰਧਾਨ ਹੋਣ ਜਾਂ SGPC ਦੇ ਪ੍ਰਧਾਨ ਸਾਹਿਬ ਹੋਣ, ਮੈਂ ਉਸ ਵਿਵਾਦ 'ਚ ਨਹੀਂ ਜਾਣਾ ਚਾਹੁੰਦਾ ਕਿ ਸਮਾਂ ਮੰਗੇ ਤੋਂ ਨਹੀਂ ਮਿਲਿਆ ਜਾਂ ਉਹਨਾਂ ਨੇ ਦਿੱਤਾ ਨਹੀਂ, ਪਰ ਇਹ ਚੰਗਾ ਵੈਲਕਮ ਵਾਲੀ ਖਬਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਸਮਾਂ ਦਿੱਤਾ। ਮੈਂ ਬੇਨਤੀ ਕਰੂੰਗਾ ਭਾਈ ਸਰਬਜੀਤ ਸਿੰਘ ਜੀ ਨੂੰ, ਭਾਵੇਂ ਕਿ ਬਹੁਤ ਸਿਆਣੇ ਨੇ ਜਿਨ੍ਹਾਂ ਨੇ ਸਮਾਂ ਮੰਗਿਆ, ਸਾਰੀਆਂ ਗੱਲਾਂ ਜੇਨ 'ਚ ਉਹਨਾਂ ਦੇ ਹੋਣਗੀਆਂ ਹੀ, ਪਰ ਫਿਰ ਵੀ ਮੈਂ ਕਹੂੰਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ NSA ਤੋੜਨ ਤੋਂ ਲਾ ਕੇ ਨਾਲ ਉਹਨਾਂ ਦੇ 28-30 ਜਿਹੜੇ ਹੋਰ ਵੱਖ ਵੱਖ ਜੇਲ੍ਹਾਂ 'ਚ ਸਾਥੀ ਬੈਠੇ ਆ ਉਹਨਾਂ ਦੀ ਵੀ ਗੱਲ ਕੀਤੀ ਜਾਵੇ, ਤੇ ਖਾਸ ਤੌਰ ਤੇ ਉਚੇਚਾ ਇੱਕ ਵਾਰ ਜ਼ਰੂਰ ਗੱਲ ਕੀਤੀ ਜਾਵੇ ਕਿ ਜਿਹੜਾ 550 ਸਾਲਾ ਗੁਰੂ ਨਾਨਕ ਦੇਵ ਜੀ ਤੇ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਬੰਦੀ ਸਿੰਘਾਂ ਨੂੰ ਛੱਡਣ ਦਾ, ਤਾਂ ਕਿਰਪਾ ਕਰਕੇ ਉਹਦੀ ਵੀ ਪੈਰਵਾਈ ਕਰਕੇ ਜ਼ੋਰ ਨਾਲ ਗੱਲ ਕਰਕੇ ਸਾਡੇ ਬੰਦੀ ਸਿੰਘ ਜਿਹੜੇ ਨੇ ਆਪਦੀਆਂ ਸਜ਼ਾ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬਾਹਰ ਕਢਾਉਣ ਦਾ ਵੀ ਉਪਰਾਲਾ ਜਿਹੜਾ ਉਹ ਕੀਤਾ ਜਾਵੇ। ਤੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਜਿਵੇਂ ਨੋਟੀਫਿਕੇਸ਼ਨ ਵੇਲੇ ਵੱਡਾ ਦਿਲ ਦਿਖਾਇਆ ਸੀ, ਤੇ ਕਿਰਪਾ ਕਰੋ ਸਾਰਿਆਂ ਨੂੰ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਘਰੋਂ ਘਰੀ ਭੇਜਣ ਦਾ ਉਪਰਾਲਾ ਕੀਤਾ ਜਾਵੇ। ਦੇਖੋ ਅੱਜ ਖਬਰਾਂ ਤੋਂ ਪਤਾ ਲੱਗਿਆ ਕਿ ਭਾਈ ਸਰਬਜੀਤ ਸਿੰਘ ਜੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਰਹੇ ਆ ਤੇ ਉਹਨਾਂ ਨੇ ਸਮਾਂ ਦਿੱਤਾ। ਪਿਛਲੇ ਸਮੇਂ ਦੇ ਦੌਰਾਨ ਭਾਵੇਂ ਪਾਰਟੀ ਦੇ ਪ੍ਰਧਾਨ ਹੋਣ ਜਾਂ SGPC ਦੇ ਪ੍ਰਧਾਨ ਸਾਹਿਬ ਹੋਣ, ਮੈਂ ਉਸ ਵਿਵਾਦ 'ਚ ਨਹੀਂ ਜਾਣਾ ਚਾਹੁੰਦਾ ਕਿ ਸਮਾਂ ਮੰਗੇ ਤੋਂ ਨਹੀਂ ਮਿਲਿਆ ਜਾਂ ਉਹਨਾਂ ਨੇ ਦਿੱਤਾ ਨਹੀਂ, ਪਰ ਇਹ ਚੰਗਾ ਵੈਲਕਮ ਵਾਲੀ ਖਬਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਸਮਾਂ ਦਿੱਤਾ। ਮੈਂ ਬੇਨਤੀ ਕਰੂੰਗਾ ਭਾਈ ਸਰਬਜੀਤ ਸਿੰਘ ਜੀ ਨੂੰ, ਭਾਵੇਂ ਕਿ ਬਹੁਤ ਸਿਆਣੇ ਨੇ ਜਿਨ੍ਹਾਂ ਨੇ ਸਮਾਂ ਮੰਗਿਆ, ਸਾਰੀਆਂ ਗੱਲਾਂ ਜੇਨ 'ਚ ਉਹਨਾਂ ਦੇ ਹੋਣਗੀਆਂ ਹੀ, ਪਰ ਫਿਰ ਵੀ ਮੈਂ ਕਹੂੰਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ NSA ਤੋੜਨ ਤੋਂ ਲਾ ਕੇ ਨਾਲ ਉਹਨਾਂ ਦੇ 28-30 ਜਿਹੜੇ ਹੋਰ ਵੱਖ ਵੱਖ ਜੇਲ੍ਹਾਂ 'ਚ ਸਾਥੀ ਬੈਠੇ ਆ ਉਹਨਾਂ ਦੀ ਵੀ ਗੱਲ ਕੀਤੀ ਜਾਵੇ, ਤੇ ਖਾਸ ਤੌਰ ਤੇ ਉਚੇਚਾ ਇੱਕ ਵਾਰ ਜ਼ਰੂਰ ਗੱਲ ਕੀਤੀ ਜਾਵੇ ਕਿ ਜਿਹੜਾ 550 ਸਾਲਾ ਗੁਰੂ ਨਾਨਕ ਦੇਵ ਜੀ ਤੇ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਬੰਦੀ ਸਿੰਘਾਂ ਨੂੰ ਛੱਡਣ ਦਾ, ਤਾਂ ਕਿਰਪਾ ਕਰਕੇ ਉਹਦੀ ਵੀ ਪੈਰਵਾਈ ਕਰਕੇ ਜ਼ੋਰ ਨਾਲ ਗੱਲ ਕਰਕੇ ਸਾਡੇ ਬੰਦੀ ਸਿੰਘ ਜਿਹੜੇ ਨੇ ਆਪਦੀਆਂ ਸਜ਼ਾ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬਾਹਰ ਕਢਾਉਣ ਦਾ ਵੀ ਉਪਰਾਲਾ ਜਿਹੜਾ ਉਹ ਕੀਤਾ ਜਾਵੇ। ਤੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਜਿਵੇਂ ਨੋਟੀਫਿਕੇਸ਼ਨ ਵੇਲੇ ਵੱਡਾ ਦਿਲ ਦਿਖਾਇਆ ਸੀ, ਤੇ ਕਿਰਪਾ ਕਰੋ ਸਾਰਿਆਂ ਨੂੰ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਘਰੋਂ ਘਰੀ ਭੇਜਣ ਦਾ ਉਪਰਾਲਾ ਕੀਤਾ ਜਾਵੇ।